ਓਏ ਗਾਇਸ, ਕੀ ਹਾਲ ਚਾਲ ਹੈ? ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਸੰਗ ਦੀ ਸੁੱਖਾ ਮਣੀ ਸੰਧੂ ਬਾਈ ਦਾ ਅਗਲਾ ਟਰੈਕ, ਸੰਗ ਦੀ ਲੇਟੈਸਟ ਰਿਲੀਜ਼। ਦੋ ਤਿੰਨ ਦਿਨ ਹੋ ਗਏ ਗਾਣਾ ਇਹਨੂੰ ਰਿਟਨ ਬਾਏ ਸੁੱਖਾ ਐਂਡ ਤੇਗੀ ਬੰਨੂ। ਓਕੇ, ਡਾਇਰੈਕਟਰ ਐਂਡ ਸ਼ੋਟ ਬਾਏ ਹੈਕਟਰ ਟੋਰਾ ਫਿਲਮਸ, ਐਡੀਟਡ ਬਾਏ ਰਿਵਾਈਵ ਫਿਲਮ, ਅੰਮ੍ਰਿਤ ਥੰਡ ਹੋਰਾਂ ਨੇ ਐਡਿਟ ਕੀਤਾ। ਠੀਕ ਹੈ, ਹਲਕੇ ਜਿਹੇ ਨੋਇਜ਼ੀ ਨੋਇਜ਼ੀ ਜਾਂ ਕੁਝ ਫੀਲ ਆਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਇੰਜੀਨੀਅਰਡ ਬਾਏ ਗੁਰਜੀਤ ਥੰਡਵਾਈ। ਠੀਕ ਹੈ ਬਾਈ, ਦਿਲਜੀਤ ਦੌਰਾ ਦਾ ਕੰਮ ਕਰਦਾ, ਬਹੁਤ ਸਹੀ ਲੈਵਲ ਦੇ ਬੈਠੇ ਨੇ ਮਨੀ ਸੰਧੂ। ਮਾਸਟਰਿੰਗ ਇੰਜੀਨੀਅਰ ਗੁਰਜੀਤ ਥੰਡ ਓਨਲੀ, ਚੰਗੀ ਪ੍ਰੋਡਿਊਸਡ ਬਾਏ ਮਣੀ ਸੰਧੂ। ਸੁੱਖਾ ਯਾ ਸੰਗ ਦੀ, ਕੀ ਕਹਿੰਦੀ ਹੈ ਸੰਗ ਕੇ, ਆ ਜਾਓ ਯਾ ਬੀਟ ਸੋ ਗੁੱਡ ਮੈਨ, ਲਾਈਕ ਕਿੰਨੀ ਸੋਹਣਾ, ਇੱਕ ਹਲਕਾ ਜਿਹਾ ਫਿਲ ਜਾਓ, ਫਿਲ ਕਿੰਨਾ ਸੋਹਣਾ ਸੀਗਾ ਦੇਖ। ਹੈਵੀ ਮੈਨ ਵੀਰ, ਸਿੱਧਾ ਦਿਲ ਚ ਵੱਜੀ ਇੱਥੇ ਆ ਗਈ ਯਾ ਸੰਗ ਦੀ। ਸੰਗ ਦੀ ਸੰਗ ਦੀ ਕੁੜੀ ਆਵੇ, ਕੋਲ ਦੀ ਲੰਘ ਜਾਵੇ, ਸੁਰਖ ਬੁਲਾ ਚੋ ਹੱਸਦੀ, ਅੱਖੀਆਂ ਚੋ ਸ਼ਰਮਾ ਵੀਰੀ। ਸੰਗ ਦੀ ਸੰਗ ਦੀ ਕੁੜੀ ਆਵੇ, ਕੋਲ ਦੀ ਲੰਘ ਜਾਵੇ, ਸੁਰਖ ਬੁਲਾ ਚੋ ਹੱਸਦੀ, ਅੱਖੀਆਂ ਚੋ ਸ਼ਰਮਾ ਵੇ, ਤੈਨੂੰ ਦੇਖਣ ਦਾ ਚਾਅ ਕਿਵੇਂ ਦੱਸਾਂ ਬਿਲੋਣੀ, ਕੋਲ ਮੇਰੇ ਬਹਿ ਗੱਲ ਦੱਸਾਂ ਤੈਨੂੰ ਨੀ, ਦੁਨੀਆਂ ਤੋਂ ਦੂਰ ਤੇਰੇ ਚਿਹਰੇ ਦਾ ਨੂਰ, ਤੈਨੂੰ ਵੇਖਾਂ ਜਦ ਸੁਰਖੀ ਤੋਂ ਲਾਵੇ। ਸੰਗ ਦੀ ਕੁੜੀ ਆਵੇ, ਕੋਲੋਂ ਦੀ ਲੰਘ ਜਾਵੇ, ਸੁਰਖ ਬੁਲਾ ਚੋ ਹੱਸਦੀ, ਅੱਖੀਆਂ ਚੋ ਸ਼ਰਮਾਵੇ। ਸੰਗ ਦੀ ਕੁੜੀ ਆਵੇ। ਵੀਡੀਓਜ਼ ਗੋਡ, ਵੀਡੀਓਜ਼ ਲਾਈਕ ਆਪਾਂ ਕਿਵੇਂ ਕਹੀਏ ਹੁਣ ਮੈਂ ਤੁਹਾਨੂੰ ਕਿ ਹਾਂ, ਲਾਈਕ ਵਾਈਬ੍ਰੈਂਟ ਕਲਰਸ ਹੈਗੇ ਨੇ, ਹਲਕਾ ਜਿਹਾ ਬਲੂ ਟੋਨ ਦੇਣ ਦੀ ਕੋਸ਼ਿਸ਼ ਕੀਤੀ ਆ, ਬਟ ਇੱਕੋ ਦਮ ਆ ਵਾਰਮ ਟੋਨ ਆ ਗਈ ਆ। ਠੀਕ ਹੈ, ਸੋ ਉਹ ਚੀਜ਼ ਕੀਤੀ ਗਈ ਕਿਤੇ ਨਾ ਕਿਤੇ, ਜਿਹੜੀ ਅੱਖਾਂ ਨੂੰ ਬਹੁਤ ਪਿਆਰੀ ਲੱਗੀ ਹੈ, ਹੈ ਨਾ। ਰੋਮੈਂਟਿਕ ਟੋਨ ਹੁੰਦੀ ਹੈ ਨਾ ਇੱਕ ਗਾਣੇ ਦੀ, ਉਹ ਚੀਜ਼ ਰੱਖੀ ਗਈ ਆ ਵੀਡੀਓ ਦੀ ਖਾਸ ਕਰਕੇ, ਹੈ ਨਾ। ਲਾਈਕ ਆਡੀਓ ਤਾਂ ਚਲੋ ਆਪਾਂ, ਮਿਊਜ਼ਿਕ ਤਾਂ ਬੀਟ ਇਜ਼ ਸੋ ਗੁੱਡ, ਲਾਈਕ ਉਹ ਇੱਕਦਮ ਫੈਲੋ ਕੇ ਜਦੋਂ ਕਿੱਕ ਵੱਜੀ ਸੀ ਨਾ, ਉਸੇ ਦਾ ਦਰਦ 'ਚ ਵੱਜੀ ਆ ਉਹ, ਉਹਦਾ ਨਾ ਕਿੱਕ ਨਾਲ ਥੱਲੇ 8 to 8 ਇਜ਼ ਸਾਊਂਡ ਸੋ ਗੁੱਡ, ਸੋ ਗੁੱਡ। ਠੀਕ ਆ, ਸੰਗ ਦੀ ਸੰਗ ਦੀ ਕੁੜੀ ਆਵੇ, ਕੋਲੋਂ ਦੀ ਲੰਘ ਜਾਵੇ, ਸੁਰਖ ਬੁਲਾ ਚੋ ਹੱਸਦੀ, ਅੱਖੀਆਂ ਚੋ ਸ਼ਰਮਾਵੇ। ਸੰਗ ਦੀ ਕੁੜੀ ਆਵੇ, ਤੈਨੂੰ ਅਸੀਂ ਰੱਖਿਆ ਏ ਰੱਬ ਦੀ ਜਗ੍ਹਾ, ਮਾਰਦਿਆਂ ਤਾਂ ਕਰਕੇ ਨੀ, ਕੱਲ ਮੈਨੂੰ ਆਇਆ ਕੁੜੇ ਇੱਕ ਸੁਪਨਾ, ਲੈ ਗਿਆ ਸੀ ਬਾਹ ਫੜ ਕੇ। ਕੰਪੋਜੀਸ਼ਨ ਦਾ ਕੰਪੋਜੀਸ਼ਨ ਲਾਈਕ ਸੱਚਾ ਮੈਲਡੀ ਮੈਮ, ਬ੍ਰੋ ਮੈਲਟਸ, ਇੱਦਾਂ ਇੱਦਾਂ ਮੈਲਟ ਹੋ ਕੇ ਅੰਦਰ ਵੜ ਰਹੀ ਹੈ, ਹੈ ਨਾ, ਕੰਨਾਂ ਥਾਣੀਆਂ ਲਾਈਕ ਪੂਰਾ ਵਧੀਆ ਤਰੀਕੇ ਨਾਲ ਜਾ ਰਹੀ ਹੈ ਕਿ ਅਸੀਂ ਤੈਨੂੰ ਰੱਬ ਦੀ ਥਾਂ ਤੇ ਰੱਖਿਆ ਹੋਇਆ। ਮੈਨੂੰ ਆਇਆ ਕੁੜੇ ਇੱਕ ਸੁਪਨਾ, ਆਏ ਹਾਏ ਗਿਆ ਸੀ ਬਾਹ ਫੜ ਕੇ, ਗੀਤ ਬਣਾਵੇ ਯਾਰਾਂ ਨੂੰ ਸੁਣਾਵੇ। ਸੰਗ ਦੀ ਕੁੜੀ ਆਵੇ, ਕੋਲੋਂ ਦੀ ਲੰਘ ਜਾਵੇ, ਸੁਰਖ ਬੁਲਾ ਚੋ ਹੱਸਦੀ, ਓ ਅੱਖੀਆਂ ਚੋ ਸ਼ਰਮਾਵੇ, ਓ ਅੱਖੀਆਂ ਚੋ ਸ਼ਰਮਾਵੇ, ਓ ਅੱਖੀਆਂ ਚੋ ਸ਼ਰਮਾਵੇ। ਨਾਈਸ ਪੀਸ ਗਿਟਾਰ ਹੈ,
ਲਾਈਕ ਵਧੀਆ ਕੀਜ਼ ਬਹੁਤ ਸੋਹਣੀ ਯੂਜ਼ ਹੋਈਆਂ ਨੇ, ਪੈਡਸ ਬਹੁਤ ਵਧੀਆ ਨੇ, ਬੇਸ ਲਾਈਨ ਥੱਲੇ ਹਲਕੀ ਹਲਕੀ ਚੱਲ ਰਹੀ ਹੈ, ਬਟ ਕੰਪਲੀਮੈਂਟ ਸੋ ਗੁੱਡ, ਠੀਕ ਹੈ, ਗੇਮ ਹੀ ਕਿੱਕ ਦਾ ਬ੍ਰੋ, ਬਾਈ ਦੀ ਕੰਪੋਜੀਸ਼ਨ ਦਾ, ਬਾਈ ਦੇ ਲਿਰਿਕਸ, ਬਾਈ ਦੀ ਵੋਕਲ ਦਾ, ਠੀਕ ਆ, ਉਹ ਕੀ ਚੱਕਰ ਯਾਰ। ਹੁਣ ਮੈਂ ਤੁਹਾਨੂੰ ਲਾਈਕ ਕਿਵੇਂ, ਹੁਣ ਮੈਂ ਪਾਰਟੀਕੁਲਰ ਵਰਡ ਜੇ ਯੂਜ਼ ਕਰਾਂ, ਸੱਚ ਰਿਮੈਂਬਰੇਬਲ ਰਿਮੈਂਬਰੇਬਲ ਟਰੈਕ, ਲਾਈਕ ਮੈਲਡੀ ਜਿਹੜੀ ਗਾਣੇ ਦੀ ਬੜੀ ਤਰੀਕੇ ਨਾਲ ਯਾਦ ਹੋ ਜਾਂਦੀ ਹੈ, ਸੰਗਦੀ ਗੁੜੀ ਆਵੇ, ਉਹ ਚੀਜ਼ ਨਾ ਬੜੀ ਤਰੀਕੇ ਨਾਲ ਦਿਮਾਗ 'ਚ ਬਹਿ ਜਾਣੀ, ਅਤੇ ਇਹ ਇਹ ਗਾਣੇ ਦੀ ਆਹੀ ਚੀਜ਼ ਇਸ ਗਾਣੇ ਨੂੰ ਲਾਈਕ ਵੱਡਾ ਲੈ ਕੇ ਜਾਊਗੀ, ਬਿਗ ਲੈ ਕੇ ਜਾਊਗੀ, ਚਾਹੇ ਹੌਲੀ ਹੌਲੀ ਜਾਵੇ ਚਾਹੇ ਇੱਕੋਦਮ ਫਟੇ ਗਾਣਾ ਇੱਕੋਦਮ, ਹੈ ਨਾ, ਦੈਟਸ ਅ ਡਿਫਰੈਂਟ ਥਿੰਗ, ਬਟ ਇਹ ਗਾਣਾ ਬਹੁਤ ਸੋਹਣੇ ਤਰੀਕੇ ਨਾਲ ਗਰੋ ਹੋਏਗਾ। ਅਤੇ ਮੈਨੂੰ ਪਤਾ ਸੁੱਖੇ ਦੀ ਇੰਨੀ ਕੁ ਹੁਣ ਤਾਂ ਲਾਈਕ ਫੈਨਸ ਜਾਂ ਇੰਨੀ ਕੁ ਆਡੀਅੰਸ ਹੋ ਗਈ ਆ ਕਿ ਉਹ ਇਸ ਗਾਣੇ ਨੂੰ ਲਾਈਕ ਨਿਗਲੈਕਟ ਨਹੀਂ ਕਰਨਗੇ, ਗਾਣਾ ਇੰਨਾ ਵਧੀਆ ਹੈ ਨਾ, ਇੰਨਾ ਸੋਹਣੀ ਚੀਜ਼ ਬਣਾਈ ਹੋਈ ਆ, ਸੋ ਦੈਟਸ ਇਟ। ਬਾਈ ਦੀ ਵੋਕਲ ਬਹੁਤ ਪਿਆਰੀ ਲੱਗ ਰਹੀ ਯਾਰ, ਪਹਿਲੀ ਗੱਲ ਤਾਂ ਹੈ ਨਾ, ਮਤਲਬ ਪਹਿਲਾਂ ਥੋੜ੍ਹੇ ਰੂਡ ਜੇ, ਥੋੜ੍ਹੇ ਚੱਕਵੇਂ ਜੇ ਗਾਣੇ, ਹੈ ਨਾ, ਫਿਰ ਇੱਕੋਦਮ ਲਾਈਕ ਰੋਲ ਵਿਦ ਮੀ ਵਾਜ਼ ਵਨ ਆਫ ਮਾਈ ਫੇਵਰੇਟ ਟਰੈਕ, ਹੈ ਨਾ, ਉਹ ਉੱਦਾਂ ਦੀ ਟੋਨਸ ਰੱਖ ਕੇ ਥੋੜ੍ਹਾ ਨਾਈਸ ਯਾਰ, ਲਵਡ ਇਟ, ਸੁੱਖਾ ਯੂ ਗੋਇੰਗ ਟੂ ਬੀ ਬੈਕ ਬ੍ਰੋ, ਸਤਿ ਸ਼੍ਰੀ ਅਕਾਲ।